ਪੰਜਾਬ ਟੈਕਨੀਕਲ ਐਜੂਕੇਸ਼ਨ ਦੇ ਅਧਿਆਪਕਾਂ ਵੱਲੋਂ ਚੰਡੀਗੜ੍ਹ ਦੇ ਸੈਕਟਰ 36 ਵਿੱਚ ਪੰਜਾਬ ਟੈਕਨੀਕਲ ਐਜੂਕੇਸ਼ਨ ਦੇ ਮੁੱਖ ਦਫ਼ਤਰ ਦੇ ਬਾਹਰ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਮੁਤਾਬਕ ਪ੍ਰਦਰਸ਼ਨਕਾਰੀ ਅਧਿਆਪਕ ਉਹ ਅਧਿਆਪਕ ਨੇ ਜਿਨ੍ਹਾਂ ਨੂੰ ਆਊਟਸੋਰਸ ਕੰਪਨੀ ਵੱਲੋਂ ਸਾਲ 2016 ਵਿੱਚ ਕੇਂਦਰ ਸਰਕਾਰ ਦੀ ਸਕੀਮ ਤਹਿਤ ਨੌਜਵਾਨਾਂ ਨੂੰ ITIs ਵਿੱਚ ਟ੍ਰੇਨਿੰਗ ਦੇਣ ਲਈ ਨਿਯੁਕਤ ਕੀਤਾ ਗਿਆ ਸੀ, ਪਰ ਉਹਨਾਂ ਨੂੰ ਬਣਦੀ ਤਨਖਾਹ ਨਹੀਂ ਦਿੱਤੀ ਗਈ ਅਤੇ ਜਦੋਂ ਉਹ ਤਨਖਾਹ ਲੈਣ ਪਹੁੰਚੇ ਤਾਂ ਉਹਨਾਂ ਨੂੰ ਨੌਕਰੀ ਛੱਡਣ ਦੇ ਹੁਕਮ ਦਿੱਤੇ ਗਏ। ਉਧਰ ਦੂਜੇ ਪਾਸੇ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਡਾਇਰੈਕਟਰ JS ਬਦਰ ਨੇ ਦੱਸਿਆ ਕਿ 250 ਦੇ ਕਰੀਬ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਵਿਭਾਗ ਵਿੱਚ ਅਸਥਾਈ ਤੌਰ ਤੇ ਰੱਖਿਆ ਗਿਆ ਸੀ, ਜਿਨ੍ਹਾਂ ਦੀ ਅਸਾਈਨਮੈਂਟ ਖਤਮ ਅਪ੍ਰੈਲ ਵਿੱਚ ਹੋ ਗਈ। ਹਾਲਾਂਕਿ ਤਨਖਾਹ ਸੰਬੰਧੀ ਉਹਨਾਂ ਕਿਹਾ ਕਿ ਜੇਕਰ ਆਊਟਸੋਰਸ ਏਜੰਸੀ ਵਾਲੇ ਇਹਨਾਂ ਅਧਿਆਪਕਾਂ ਦੀ ਹਾਜ਼ਰੀ ਸੰਬੰਧੀ ਜਾਣਕਾਰੀ ਦੇਣ ਤਾਂ ਉਹ ਤੁਰੰਤ ਤਨਖਾਹ ਜਾਰੀ ਕਰ ਦੇਣਗੇ। ਉਹ ਵੀ ਲਈ ਜਾਂਦੀ, ਤੁਸੀਂ ਆਪ ਦੱਸੋ ਇਸ ਮਹਿੰਗਾਈ ਦੇ ਯੁੱਗ 'ਚ ਅਸੀਂ ਆਪਣੇ ਬੱਚੇ ਕਿੱਦਾਂ ਪਾਵਾਂਗੇ, ਕਿੱਥੇ ਸਰਕਾਰਾਂ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ। ਹੁਣ ਕਹਿ ਰਹੇ ਆ ਵੀ ਤੁਸੀਂ ਆਊਟਸੋਰਸ ਜੇ ਹੈ, ਸਾਡੀ ਸਿਰਫ ਇੱਕੋ ਇੱਕ ਬੇਨਤੀ ਹੈ ਕਿ ਸਾਡੀ ਜਿਹੜੀ ਨੌਕਰੀ ਹੈ ਸਾਨੂੰ ਵਾਪਸ ਕੀਤੀ ਜਾਵੇ, ਔਰ ਇਹ ਸਾਡੀ ਮੰਗ ਹੈ। ਜੇ ਸਾਡੀ ਮੰਗ ਨਾ ਮੰਨੀ ਗਈ ਅਸੀਂ ਜਦ ਤੱਕ ਸੰਘਰਸ਼ ਕਰਾਂਗੇ, ਅਸੀਂ ਆਪਣੇ ਪਰਿਵਾਰ ਨੂੰ ਲਿਆ ਕੇ ਇੱਥੇ ਬੱਚਿਆਂ ਸਮੇਤ ਬੈਠਾਂਗੇ ਤਾਂ ਕਿ ਇੱਥੇ ਦੀ ਗੂੰਗੀ ਵਹਿਰੀ ਸਰਕਾਰ ਨੂੰ ਪਤਾ ਲੱਗੇ ਵੀ ਇੱਕ ਬੇਰੁਜ਼ਗਾਰ ਦੀ ਨੌਕਰੀ ਜਾਣ ਨਾਲ ਉਹਦੇ ਪਰਿਵਾਰ ਦਾ ਕੀ ਹਾਲ ਹੁੰਦਾ। ਆਊਟਸੋਰਸਿੰਗ ਏਜੰਸੀ ਦੀ ਰੱਖੀ ਉੱਥੇ ਡੇਲੀ ਵੇਜ ਬੇਸਿਸ ਜਿਹੜੇ DC ਰੇਟ ਉਹਨਾਂ 'ਤੇ ਉਹਨਾਂ ਤਨਖਾਹ ਮਿਲਦੀ ਹੁੰਦੀ ਹੈ। ਉਹ ਜਿੰਨੀ ਕੁ ਦੇਰ ਦਾ ਪ੍ਰੋਜੈਕਟ ਸੀਗਾ ਸਰਕਾਰ ਨੇ ਕਿਹਾ ਵੀ ਉਹ ਹੁਣ ਉਹਨਾਂ ਨੂੰ ਰਿਲੀਵ ਕਰਨਾ, ਉਹਨਾਂ ਦੇ ਆਊਟ ਸੀ ਸਰਕਾਰ ਦੇ, ਅਸੀਂ ਉਹਨਾਂ ਨੂੰ ਅਸੀਂ ਵੀ ਰਿਲੀਵ ਨਹੀਂ ਕੀਤਾ। ਸਾਡੇ ਵੱਲੋਂ ਤਾਂ ਉਹਨਾਂ ਦੀ ਸੈਲਰੀ ਆਉਂਦੀ ਹੈ, ਸਾਡੇ ਵੱਲੋਂ ਜਿੱਦਾਂ ਆਊਟਸੋਰਸਿੰਗ ਏਜੰਸੀ ਦੇ ਰਹੀ ਸਾਡੇ ਕੋਲ ਇੰਨੀ ਅਟੈਂਡੈਂਸ ਆ ਉਹਨਾਂ ਦੀ ਅਤੇ ਉਹਦੇ ਅਕੋਰਡਿੰਗਲੀ ਪੇਮੈਂਟ ਕਰਦੇ ਵੀ ਅਸੀਂ, ਸਰਕਾਰ ਨੇ ਰੱਖੇ ਸੀ, ਸਰਕਾਰ ਨੇ ਉਹਨਾਂ ਨੂੰ ਰਿਲੀਵ ਕਰ ਦਿੱਤਾ। ਸੈਲਰੀ ਸਾਡੇ ਕੋਲ ਆਊਟਸੋਰਸਿੰਗ ਏਜੰਸੀ ਨੇ ਬਿੱਲ ਹੀ ਪ੍ਰੋਡਿਊਸ ਕੀਤੇ ਹੋਣੇ ਅਜੇ ਤੱਕ ਜੀ, ਕਿਉਂਕਿ ਉਹ ਰੱਖੇ ਵੀ ਹੋਣੇ ਥੋੜ੍ਹਾ ਟਾਈਮ ਹੀ ਹੋਇਆ, ਉਹ ਜਦੋਂ ਆਏਗਾ ਬਿੱਲ ਅਸੀਂ ਪੇਮੈਂਟ ਕਰ ਦਿੱਤਾ।